केपीडी न्यूज, हक सच और इंसाफ की आवाज। ਹਾਂ ਸਰ, ਦੱਸ ਦਿਓ ਜੀ, ਚੈਕਿੰਗ ਕੀਤੀ ਹੈ ਕਦੀ ਹੈ? ਅੱਜ ਅਸੀਂ ਮਤਲਬ ਕਿ ਦਿਵਾਲੀ ਦਾ ਤਿਉਹਾਰ, ਜਿਵੇਂ ਕਿ ਸਾਰਿਆਂ ਨੂੰ ਪਤਾ ਆ ਕਿ ਨਜ਼ਦੀਕ ਆਉਂਦਾ ਜਾ ਰਿਹਾ, ਇਸ ਕਰਕੇ ਲੋਕਾਂ ਨੂੰ ਤਾਂ ਕਿ ਸਾਫ਼ ਸੁਥਰਾ ਖਾਣਾ ਜਾਂ ਫੂਡ ਆਈਟਮਸ ਉਹਨਾਂ ਨੂੰ ਸਾਫ਼ ਸੁਥਰੀ ਮੁਹੱਈਆ ਕਰਾ ਸਕੀਏ, ਅੱਜ ਅਸੀਂ ਮਤਲਬ ਕਿ ਜਿਹੜੀ ਹੈਗੀ ਹੈ ਕੇ ਪੀ ਬੇਕਰੀ ਦੀ ਇੰਸਪੈਕਸ਼ਨ ਕੀਤੀ, ਜਿੱਥੇ ਕਿ ਮਤਲਬ ਕਿ ਜਿਹੜੇ ਫੂਡ ਬਿਜ਼ਨਸ ਆਪਰੇਟਰ ਤੋਂ ਇਲਾਵਾ ਜਿਹੜੇ ਵਰਕਰ ਕੰਮ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਹਦਾਇਤ ਕੀਤੀ ਕਿ ਸਿਰ 'ਤੇ ਮਤਲਬ ਕਿ ਜਿਹੜੀ ਕੈਪ ਪਾ ਕੇ ਰੱਖਣੀ, ਗਲਵਜ਼ ਪਾ ਕੇ ਰੱਖਣੇ, ਨਹੁੰ ਕੱਟ ਕੇ ਰੱਖਣੇ, ਐਪਰਨ ਪਾ ਕੇ ਰੱਖਣੇ, ਕਿਸੇ ਵੀ ਜਿਹੜੀ ਫੂਡ ਆਈਟਮ ਹੈ ਉਹਨੂੰ ਟੱਚ ਕਰਨ ਤੋਂ ਪਹਿਲਾਂ ਮਤਲਬ ਕਿ ਜਿਹੜੇ ਗਲਵਜ਼ ਪਹਿਨਣੇ ਬਹੁਤ ਜ਼ਰੂਰੀ ਆ, ਤਾਂ ਕਿ ਲੋਕਾਂ ਨੂੰ ਮਤਲਬ ਕਿ ਜਿਹੜੀ ਹੈਗੀ ਆ ਸਾਫ਼ ਸੁਥਰਾ ਜਿਹੜਾ ਭੋਜਨ, ਸਾਫ਼ ਸੁਥਰਾ ਖਾਣਾ ਜਾਂ ਫੂਡ ਆਈਟਮਸ ਅਸੀਂ ਮੁਹੱਈਆ ਕਰਾ ਸਕੀਏ। ਅਤੇ ਇਸ ਤੋਂ ਇਲਾਵਾ ਸਾਫ਼ ਸਫਾਈ ਤੋਂ ਇਲਾਵਾ ਇਹਨਾਂ ਨੂੰ ਜਿਹੜਾ ਡਰੇਨੇਜ ਆ ਪਾਣੀ ਦਾ, ਉਹ ਵੀ ਨਿਕਾਸੀ ਜਿੱਥੇ ਕਰਨੀ ਉਹ ਵੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਆ, ਪਾਣੀ ਵੀ ਬਿਲਕੁਲ ਸਾਫ਼ ਸੁਥਰਾ ਮਤਲਬ ਕਿ ਵਰਤਣਾ ਜਿਹੜਾ ਹੈਗਾ ਬਹੁਤ ਜ਼ਰੂਰੀ ਆ, ਤਾਂ ਕਿ ਲੋਕਾਂ ਨੂੰ ਮਤਲਬ ਕਿ ਬਿਮਾਰੀਆਂ ਕਮੀ ਪੇਸ਼ੀ ਪਾਏਗੀ ਤੁਹਾਡੇ ਕੋਲ? ਹਾਂਜੀ, ਕਮੀ ਪੇਸ਼ੀ ਪਾਏਗੀ ਤੁਹਾਡੇ ਕੋਲ? ਨਹੀਂ, ਅੱਜ ਮਤਲਬ ਕਿ ਜਿਹੜੀ ਮੈਂ ਚੈਕਿੰਗ ਤੁਸੀਂ ਸਾਹਮਣੇ ਹੀ ਆ ਤੁਹਾਡੇ, ਬਿਲਕੁਲ ਸਾਫ਼ ਸਫਾਈ ਆ, ਪਰ ਇਹਨਾਂ ਨੂੰ ਮੈਂ ਹੋਰ ਮਤਲਬ ਕਿ ਸਾਫ਼ ਸਫਾਈ ਰੱਖਣ ਦੀ ਮਤਲਬ ਕਿ ਜਿਹੜੀ ਹਦਾਇਤ ਕੀਤੀ ਜਾ ਰਹੀ ਕਿ ਇਸ ਤੋਂ ਵੱਧ ਸਫਾਈ ਰੱਖੀ ਜਾਏ। ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਸਰ ਕਰੂੰਗੇ? ਇਸ ਤੋਂ ਇਲਾਵਾ ਅਸੀਂ ਮਤਲਬ ਕਿ ਹੋਰ ਵੀ ਜਿਹੜੀਆਂ ਸ਼ਹਿਰ ਦੀਆਂ ਹਲਵਾਈ ਦੀਆਂ ਦੁਕਾਨਾਂ ਹੈਗੀਆਂ ਜਾਂ ਮਤਲਬ ਕਿ ਸਵੀਟ ਸ਼ੋਪ ਹੈਗੀਆਂ ਜਾਂ ਹੋਰ ਵੀ ਖਾਣ ਪੀਣ ਨਾਲ ਸੰਬੰਧਿਤ ਦੁਕਾਨਾਂ, ਉਹਨਾਂ ਦੀ ਚੈਕਿੰਗ ਕਰਾਂਗੇ ਔਰ ਉਹਨਾਂ ਨੂੰ ਇਹ ਹਦਾਇਤ ਮਤਲਬ ਕਿ ਕੀਤੀ ਜਾਏਗੀ ਕਿ ਮਤਲਬ ਕਿ ਜਿਹੜੀ ਹੈ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਾਫ਼ ਸੁਥਰਾ ਖਾਣਾ, ਭੋਜਨ ਅਤੇ ਪਾਣੀ ਜਿਹੜਾ ਲੋਕਾਂ ਨੂੰ ਮੁਹੱਈਆ ਕਰਾਇਆ। ਸਰ, ਕੀ ਨਾਮ ਆਪਣਾ? ਡਾਕਟਰ, ਮੈਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਬਲਵਿੰਦਰ ਸਿੰਘ, ਜਿਹੜਾ ਕਿ ਮਤਲਬ ਕਿ ਸਿਵਲ ਸਰਜਨ ਆਫਿਸ ਜਲੰਧਰ ਵਿਖੇ ਤਨਾਇਤ ਆ। ਅੱਗੇ ਜੋ ਇਸ ਤੋਂ ਵੱਧ ਤੋਂ ਵੱਧ ਸਫਾਈ, ਠੀਕ ਹੈ ਨਾ, ਤਾਂ ਕਿ ਮਤਲਬ ਕਿ ਜਿਹੜੇ ਲੋਕਾਂ ਨੂੰ ਸਾਫ਼ ਸੁਥਰਾ ਜਿਹੜਾ ਖਾਣਾ ਲਿਆ ਕਰ ਸਕੇ, ਜਿਸ ਤਰ੍ਹਾਂ ਹੈ ਕਿ ਉਹਦੇ ਨਾਲ ਮਤਲਬ ਕਿ ਸਾਰਿਆਂ ਨੂੰ ਮਹਿਸੂਸ ਹੈ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज, हक सच और इंसाफ की आवाज़ आपको रखे सबसे आगे।